ਗਿਆ ਸਰ ਜੀ? ਸਰ ਜੀ ਆਪਣਾ ਨਾਮ? ਪ੍ਰੈਜ਼ੀਡੈਂਟ ਆਲ ਇੰਡੀਆ ਕਿਸਾਨ ਫੈਡਰੇਸ਼ਨ। ਅਸੀਂ ਦੇਖੋ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਦੁਬਾਰਾ ਸੁਣਵਾਈ ਲਈ ਲੱਗਿਆ ਹੋਇਆ, ਤਾਂ ਅਸੀਂ ਵੀ ਵੇਟ ਕਰ ਰਹੇ ਹਾਂ ਸੁਪਰੀਮ ਕੋਰਟ ਨੇ ਕੀ ਫੈਸਲਾ ਕਰਨਾ, ਕੀ ਆਦੇਸ਼ ਦੇਣੇ ਨੇ। ਜਦੋਂ ਆ ਜਾਣਗੇ ਆਰਡਰ ਆਏਗਾ ਤਾਂ ਜਥੇਬੰਦੀਆਂ ਮੀਟਿੰਗ ਕਰਨਗੀਆਂ, ਮੀਟਿੰਗ ਕਰਕੇ ਉਸ 'ਤੇ ਵਿਚਾਰਾਂਗੇ ਕਿ ਸਾਡੇ ਸਾਨੂੰ ਕੀ ਆਦੇਸ਼ ਦਿੱਤਾ, ਸਰਕਾਰ ਨੂੰ ਕੀ ਆਦੇਸ਼ ਦਿੱਤਾ। ਅਜੇ ਬਹਿਸ ਚੱਲਦੀ ਹੈ, ਬਹਿਸ ਦੇ ਵਿੱਚ ਆਪਾਂ ਕੁਝ ਨਹੀਂ ਕਹਿ ਸਕਦੇ। ਕਈ ਵਾਰੀ ਜੱਜ ਸਾਹਿਬਾਨ ਕੁਝ ਕਹਿੰਦੇ ਨੇ, ਵਕੀਲ ਆਪਣਾ ਕੁਝ ਕਹਿੰਦੇ ਨੇ, ਉਹ ਆਰਡਰ ਨਹੀਂ ਹੁੰਦਾ ਆਬਜ਼ਰਵੇਸ਼ਨ ਨੂੰ। ਹੋਇਆ ਸੀ ਕੱਲ ਵੀ ਇਸ ਤਰ੍ਹਾਂ ਹੀ ਹੋਇਆ ਸੀ, ਕੱਲ ਕਈ ਆਬਜ਼ਰਵੇਸ਼ਨਸ ਆਈਆਂ ਸਨ। ਸਰਕਾਰ ਨੂੰ ਕਿਹਾ ਸੀ ਵੀ ਤੁਸੀਂ ਸਟੇਅ ਕਰੋ, ਸਰਕਾਰ ਕਹਿੰਦੀ ਵੀ ਜੇ ਸਟੇਅ ਕਰਨਾ ਤਾਂ ਇਹਨਾਂ ਨੂੰ ਕੋਈ ਐਜੂਕੇਸ਼ਨ ਵਾਪਸ ਲੈਣ। ਫਿਰ CGI ਸਾਹਿਬ ਨੇ ਕਿਹਾ ਵੀ ਕੋਈ ਕਮੇਟੀ ਬਣਾ ਲਓ, ਜੇ ਸਰਕਾਰ ਦੇ ਕਿਸਾਨਾਂ ਦੀ ਗੱਲ ਨਹੀਂ ਨਿਬੜਦੀ ਤਾਂ ਕਮੇਟੀ ਬਾਰੇ ਸਾਡੇ ਵਕੀਲ ਸਾਹਿਬ ਨੇ ਕਹਿ ਦਿੱਤਾ ਸੀ ਕਿ ਅਸੀਂ ਜਥੇਬੰਦੀ ਨਾਲ ਸਲਾਹ ਕਰਾਂਗੇ ਫਿਰ ਦੱਸਾਂਗੇ ਕਿ ਕਮੇਟੀ ਉਹ ਮੰਨਦੇ ਕਿ ਨਹੀਂ ਮੰਨਦੇ। ਸਾਡੇ ਨਾਲ ਕੋਈ ਸਲਾਹ ਨਹੀਂ ਸੀ ਹੋਈ, ਅੱਜ ਕੇਸ ਆਰਡਰ 'ਤੇ ਲਾਇਆ ਸੀ। ਅਸੀਂ ਕੱਲ੍ਹ ਕਹਿਤਾ ਸੀ ਕਮੇਟੀ ਸਾਨੂੰ ਮਨਜ਼ੂਰ, ਕੋਈ ਵੀ ਕਮੇਟੀ ਹੋਵੇ ਸਾਡੀ ਲੜਾਈ ਸਿੱਧੀ ਸਰਕਾਰ ਦੇ ਨਾਲ। ਸੋ ਅੱਜ ਪਤਾ ਚੱਲੇ ਫਿਰ ਸੁਣਵਾਈ ਚੱਲ ਰਹੀ ਹੈ, ਇਸ ਲਈ ਸੁਣਵਾਈ ਦੇ ਦੌਰਾਨ ਕੋਈ ਗੱਲ ਕਹਿਣੀ ਇਹ ਮੈਂ ਕਹਿੰਦਾ ਵੀ ਕੋਰਟ ਦੇ ਵੀ ਜਿਹੜੇ ਉਹ ਹੁੰਦੇ ਨੋਰਮਸ ਹੈ ਉਹਨਾਂ ਦੇ ਖਿਲਾਫ਼ ਹੁੰਦੀ ਹੈ, ਲੀਗਲ ਐਥਿਕਸ ਦੇ ਵੀ ਖਿਲਾਫ਼ ਹੈ। ਜਾਂ ਕੋਰਟ 'ਚ ਸੁਣਵਾਈ ਚੱਲਦੀ ਹੈ ਉਹ ਦੌਰਾਨ ਕੀ ਉਸ ਦੇ ਵਿੱਚੋਂ ਨਿਕਲਦਾ ਹੈ, ਕੀ ਆਰਡਰ ਆਉਂਦਾ, ਕੀ ਫੈਸਲਾ ਆਉਂਦਾ, ਤਾਂ ਅੱਜ ਸ਼ਾਮ ਨੂੰ ਆਰਡਰ ਆਏਗਾ ਕੱਲ੍ਹ ਨੂੰ ਆਊਗਾ ਉਹ ਸਾਡੇ ਕੋਲ ਪਹੁੰਚੂਗਾ। ਅਸੀਂ ਉਸ ਆਰਡਰ ਨੂੰ ਲੈ ਕੇ ਆਪਣੇ ਵਕੀਲ ਸਾਹਿਬਾਨ ਜਿਹੜੇ ਦਿੱਲੀ ਸਾਡੇ ਦੁਸ਼ਾਂਤ ਦਵੇ ਜੀ ਪੁੱਛੇ ਉਹਨਾਂ ਦੇ ਆ ਕੇ ਸਲਾਹ ਮਸ਼ਵਰਾ ਕਰਾਂਗੇ। ਉਹਦੀ ਲਾਈਟ 'ਤੇ ਅਸੀਂ ਆਪਣੀ ਜਿਹੜੀ ਲਾਈਨ ਕੀ ਬਣਾਉਣੀ ਹੈ, ਕੀ ਸਟੈਂਡ ਲੈਣਾ, ਫਿਰ ਸਟੈਂਡ ਲੈ ਕੇ ਸਿਫਾਰਸ਼ ਤੋਂ ਬਾਅਦ ਦੱਸਾਂਗੇ। ਜਿੱਥੇ ਵੀ ਮੇਰੀ ਮੀਟਿੰਗ ਹੋਏਗੀ ਪਹਿਲਾਂ ਵਕੀਲ ਸਾਹਿਬ ਨਾਲ ਰਾਏ ਕਰਾਂਗੇ ਆਰਡਰ ਦੀ ਵਿਊ ਦੇ ਵਿੱਚ, ਫਿਰ ਜਥੇਬੰਦੀਆਂ ਮੀਟਿੰਗ ਕਰਨਗੀਆਂ, ਫਿਰ ਕਲੈਕਟਿਵ ਫੈਸਲਾ ਸਮੂਹ ਫੈਸਲਾ ਕਰਾਂਗੇ ਉਸ ਆਰਡਰ ਦੇ ਵੀ ਕੀ ਹੈ, ਉਸ ਆਰਡਰ ਦੇ ਅੰਦਰ ਸਾਡਾ ਕੀ ਉਸਦੇ ਉੱਪਰ ਸਾਨੂੰ ਕੋਈ ਰਾਹਤ ਮਿਲੀ ਹੈ, ਸਾਡੇ ਖਿਲਾਫ਼ ਹੈ, ਸਾਡੇ ਲਈ ਕੋਈ ਆਦੇਸ਼ ਹੈ, ਮੰਨਣ ਯੋਗ ਹੈ ਨਹੀਂ ਯੋਗ ਹੈ, ਤਾਂ ਇਹ ਸਾਰੀਆਂ ਗੱਲਾਂ ਤੋਂ ਬਾਅਦ ਖਬਰ ਤਾਂ ਆ ਰਹੀ ਹੈ ਜੀ ਕਿਸਾਨਾਂ ਦੇ ਹੱਕ ਦੇ ਫੈਸਲਾ ਆ ਰਿਹਾ। ਕਹਿ ਨਹੀਂ ਸਕਦੇ, ਅੱਛਾ ਜੀ, ਬੜੀ ਅੱਛੀ ਗੱਲ ਹੈ। ਜਦੋਂ ਸੁਪਰੀਮ ਕੋਰਟ ਕਹਿੰਦੇ ਨੇ ਵੀ ਅਸੀਂ ਇਹਨਾਂ ਨੂੰ ਸਟੇਅ ਕਰ ਦਈਏ, ਅੱਜ ਤੱਕ ਕਹਿੰਦੇ ਵੀ ਸਟੇਅ ਹੀ ਕਿਉਂ ਕਰਨਾ, ਤੁਸੀਂ ਰੱਦ ਹੀ ਕਰ ਦਿਓ, ਰੱਦ ਹੀ ਕਰੋ। ਸੁਪਰੀਮ ਕੋਰਟ ਤੋਂ ਉੱਚੀ ਅਦਾਲਤ ਕੋਈ ਨਹੀਂ, ਸੁਪਰੀਮ ਕੋਰਟ ਵੀ ਰੱਦ ਕਰ ਸਕਦੀ ਹੈ, ਪਾਰਲੀਮੈਂਟ ਰੱਦ ਕਰ ਸਕਦੀ, ਹੋਰ ਕੋਈ ਰੱਦ ਨਹੀਂ ਕਰ ਸਕਦਾ। ਇਸ ਲਈ ਸਾਡੀ ਤਾਂ ਬੇਨਤੀ ਸੁਪਰੀਮ ਕੋਰਟ ਨੂੰ ਹੋਏਗੀ ਕਿ ਜੇ ਤੁਸੀਂ ਕਾਨੂੰਨ ਤੇ ਰੋਕ ਲਾਉਣੀ ਹੈ ਤਾਂ ਇਹ ਲੱਖਾਂ ਲੋਕ 2 ਮਹੀਨੇ ਹੋਣ ਵਾਲੇ ਪਰੇਸ਼ਾਨ ਹੋ ਰਹੇ ਇੱਥੇ ਬੈਠੇ, ਤੁਸੀਂ ਬਾਈ ਵਧਾਓ ਰੱਦ ਕਰੋ ਉਹਨਾਂ ਨੂੰ, ਬਸ ਲੋਕਾਂ ਨੂੰ ਵੀਰਾਂ ਆਪਣੇ ਘਰ ਜਾਣ ਦਿਓ, ਬਸ ਤਾਂ ਇਹ ਬੇਨਤੀ ਕਰਾਂਗੇ ਸੁਪਰੀਮ ਕੋਰਟ ਅਤੇ ਇਹੀ ਸਾਡਾ ਕੇਸ। 26 ਜਨਵਰੀ ਦੀ ਪਰੇਡ ਬਾਰੇ ਜੀ ਕੁਛ? 26 ਜਨਵਰੀ ਦੀ ਪਰੇਡ ਕਰਾਂਗੇ ਜੀ, ਜੇ ਜੇ ਦਿੱਲੀ ਲੋਕਾਂ ਦੀ ਰਾਜਧਾਨੀ ਹੈ, ਦੇਸ਼ ਦੇ ਲੋਕਾਂ ਦੀ, ਇਹ ਸਾਰੇ ਬੈਠੇ ਨੇ, ਜੇ ਸਰਕਾਰ ਉੱਥੇ ਗਣਤੰਤਰ ਦਿਵਸ ਦੇ ਜਸ਼ਨ ਮਨਾ ਰਹੀ ਹੈ ਤਾਂ ਇਹ ਲੋਕ ਨਹੀਂ ਜਾ ਕੇ ਆਪਣੀ ਦਿੱਲੀ 'ਚ ਪਰੇਡ ਕਰ ਸਕਦੇ। ਦਿੱਲੀ ਦੇ ਸ਼ਹਿਰੀਆਂ ਨੂੰ, ਦੇਸ਼ ਵਾਸੀਆਂ ਨੂੰ, ਵਿਦੇਸ਼ਾਂ ਨੂੰ ਅਸੀਂ ਦੱਸੀਏ ਜਾ ਕੇ ਵੀ ਸਰਕਾਰ ਤਾਂ ਆਜ਼ਾਦੀ ਦਾ ਜਸ਼ਨ ਮਨਾ ਰਹੀ ਹੈ ਇੱਥੇ, ਉਹਦੇ ਦੇਸ਼ ਦੇ ਲੋਕ ਲੱਖਾਂ ਗਿਣਤੀ 'ਚ 100 ਤੋਂ ਵੱਧ ਸ਼ਹੀਦ ਹੋ ਗਏ ਹੁਣ ਤੱਕ, ਸੜਕਾਂ 'ਤੇ ਭਰ ਰੋ ਰਹੇ ਆ, ਐਡੇ ਸਖ਼ਤ ਕਾਨੂੰਨ ਦੇ ਖਿਲਾਫ਼ ਬਣਾਏ ਆ, ਲੋਕ ਮੰਨਣ ਨੂੰ ਤਿਆਰ ਨਹੀਂ, ਲੋਕਾਂ 'ਚ ਬੇਚੈਨੀ ਹੈ, ਇਹ ਅਸੀਂ ਦੱਸਾਂਗੇ। ਦਿੱਲੀ ਵਸਨੀਕਾਂ ਨੂੰ ਵੀ ਦੱਸਾਂਗੇ, ਉਹ ਸਾਰਾ ਦੇਸ਼ ਔਰ ਵਿਦੇਸ਼ ਹੀ ਦੇਖੇਗਾ। ਇਹਦੇ ਲਈ ਪਰੇਡ ਲਾਜ਼ਮੀ ਕਰਾਂਗੇ, ਪਰੇਡ ਪਰ ਸ਼ਾਂਤਮਈ ਹੋਏ, ਉਹਦੇ ਵਿੱਚ ਸਾਡੇ ਵੱਲੋਂ ਕੋਈ ਹਿੰਸਕ ਕਾਰਵਾਈ ਨਹੀਂ ਹੋਈ। ਪਤਾ ਚੱਲਿਆ ਵੀ ਪੁਲਿਸ ਨੇ ਕੋਈ ਰੋਕ ਲਾਈ ਹੈ, ਅੱਜ ਪਤਾ ਚੱਲਿਆ ਪੁਲਿਸ ਨੇ ਰੋਕ ਲਾਈ ਹੈ। ਮੈਂ ਕਹਿੰਦਾ ਜਿਹੜੀ ਰੋਕ ਹੈ ਉਹ ਗੈਰ ਜ਼ਰੂਰੀ ਹੈ, ਗੈਰ ਸਰਦਰ, ਸਾਡਾ ਹੱਕ ਹੈ ਪੀਸਫੁਲ ਪ੍ਰੋਟੈਸਟ ਕਰਨਾ, ਸੁਪਰੀਮ ਕੋਰਟ ਨੇ ਕਹਿੰਦੇ
ਜੇ ਪੁਲਿਸ ਨੇ ਰੋਕ ਲਾਉਣਾ ਉਹ ਸਰਕਾਰ ਦੇ ਆਦੇਸ਼ਾਂ ਦੇ ਉੱਪਰ ਲਾਈ ਹੈ। ਮੈਂ ਕਹੂੰਗਾ ਇਹ ਭੜਕਾਊ ਕਾਰਵਾਈ ਹੈ, ਸਾਡੇ ਅੰਦੋਲਨ ਨੂੰ ਕਰਾਹੇ ਪਾਉਣਾ, ਕਿਸੇ ਹੋਰ ਪਾਸੇ ਲੈ ਕੇ ਜਾਣਾ, ਲੋਕਾਂ ਦੇ ਵਿੱਚ ਉਕਸਾਹਟ ਪੈਦਾ ਕਰਨੀ, ਇਹ ਗਲਤ ਹੈ। ਪਰ ਅਸੀਂ ਪ੍ਰਮੋਟ ਨਹੀਂ ਹੋਣਾ, ਨਾ ਲੋਕਾਂ ਦੇ ਵਿੱਚ ਕੋਈ ਐਸੀ ਬੇਚੈਨੀ ਵਾਲੀ ਗੱਲ ਆਉਣੀ ਹੈ। ਅਸੀਂ ਤਾਂ ਸ਼ਾਂਤ ਨਹੀਂ ਕਰਨਾ, ਉਸ ਤਰ੍ਹਾਂ ਹੀ ਪੁਲਿਸ ਦੀ ਜੋ ਵੀ ਉਹ ਕਾਰਵਾਈ ਕਰਦੇ ਉਸ ਨੂੰ ਕੰਡੈਮ ਕਰਨਾ ਨਿੰਦਣਯੋਗ ਹੈ, ਮਹੱਤਭਾਗੀ ਹੈ। ਮੈਂ ਸਮਝਦਾ ਕਿ ਉਸ ਨੂੰ ਕਿਉਂਕਿ ਗੈਰ ਜ਼ਰੂਰੀ ਹੈ, ਐਸੀ ਰੋਕ ਲਾਈ ਨਹੀਂ ਜਾ ਸਕਦੀ। ਮਾਂ ਜੇ ਉਹ ਸੁਪਰੀਮ ਕੋਰਟ ਨੂੰ ਜਾਂ ਰੋਕ ਲਾਉਂਦੀ ਤਾਂ ਜਾਂ ਜਿਹੜੀ ਪੁਲਿਸ ਹੈ ਸੁਪਰੀਮ ਕੋਰਟ ਦੇ ਉੱਪਰ ਤਾਂ ਹੈ ਨਹੀਂ ਸਭ ਤੋਂ ਉੱਚੀ ਦਾ, ਜਦੋਂ ਉਹ ਰੋਕ ਨਹੀਂ ਲਾਉਂਦੀ ਤਾਂ ਪੁਲਿਸ ਨੂੰ ਕੀ ਅਧਿਕਾਰ ਹੈ ਰੋਕ ਲਾਉਣ ਦਾ। ਤਾਂ ਮੈਂ ਸਮਝਦਾ ਜੀ ਪੁਲਿਸ ਨੂੰ ਇਹ ਰੋਕਾਂ ਨਹੀਂ ਲਾਈਆਂ, ਜਾਂ ਆਦੇਸ਼ ਜਾਰੀ ਕੀਤਾ, ਇਹ ਫੌਰੀ ਵਾਪਸ ਲੈਣਾ ਚਾਹੀਦਾ ਔਰ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਦਿੱਲੀ 'ਚ ਪਰੇਡ ਕਰਨ ਦਾ ਅਧਿਕਾਰ ਦੇਣਾ ਚਾਹੀਦਾ, ਹੱਕ ਹੋਣਾ ਚਾਹੀਦਾ ਜਿਹੜੇ ਲੋਕ ਉੱਥੇ ਜਾਣਗੇ। ਧੰਨਵਾਦ। ਤਾਂ ਅਸੀਂ ਤਾਂ ਆਪਣੀ ਸਹਿਮਤੀ ਨਹੀਂ ਦਿੱਤੀ, ਕੰਸੈਂਟ ਨਹੀਂ ਦਿੱਤੀ, ਸਾਡੇ 'ਤੇ ਕੋਈ ਬਾਈਂਡਿੰਗ ਵੀ ਨਹੀਂ ਹੈ, ਨਾ ਅਸੀਂ ਸਾਡਾ ਕੇਸ ਨਾ ਸਪਸ਼ਟ ਹੈ, ਅੱਜ ਵੀ ਪ੍ਰੈਸ 'ਚ ਕਿਹਾ ਬਸ ਸਟੈਂਡ ਜਦੋਂ ਵੀ ਮਿਲਦਾ ਹੋਏਗਾ, ਪਰ ਅਸੀਂ ਫਾਈਨਲ ਵੇਟ ਕਰਾਂਗੇ, ਫੈਸਲਾ ਆ ਜਾਣ ਦੋ, ਕਮੇਟੀ ਬਣਦੀ ਆ, ਡਾਇਰੈਕਸ਼ਨ ਕੀ ਹੁੰਦੀ ਉਸ 'ਤੇ ਵਿਚਾਰ ਕਰ ਲਵਾਂਗੇ, ਫਿਰ ਆਪਣਾ ਇਸ 'ਤੇ ਪ੍ਰਤੀਕਰਮ ਜਥੇਬੰਦੀਆਂ ਇਕੱਠੀਆਂ ਲੈਣਗੀਆਂ ਮੀਟਿੰਗ ਕਰਨ ਤੋਂ ਬਾਅਦ, ਅਜੇ ਤੱਕ ਤਾਂ ਪੁਜੀਸ਼ਨ।